ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੇ ਖਿਲਾਫ ਸਵਰਨਕਾਰਾਂ ਦਾ ਗੁੱਸਾ ਹੋਰ ਵੀ ਭਖਦਾ ਜਾ ਰਿਹਾ। ਇਸੇ ਦੇ ਚੱਲਦਿਆਂ ਹੁਣ ਬੀਜੇਪੀ ਨੂੰ ਵੋਟ ਨਾ ਪਾਉਣ ਦਾ ਸੱਦਾ ਦਿੱਤਾ। ਆਲ ਇੰਡੀਆ ਸਰਾਫਾ ਸਵਰਨਕਾਰ ਐਸੋਸੀਏਸ਼ਨ ਦੇ ਵੱਲੋਂ ਜੇਟਲੀ ਹਟਾਓ ਵਪਾਰ ਬਚਾਓ ਦੇ ਬੈਨਰ ਦੇ ਹੇਠ ਚੋਣਾਂ ਦੇ ਵਿੱਚ ਭਾਜਪਾ ਨੂੰ ਵੋਟ ਨਾ ਪਾਉਣ ਦੇ ਬੈਨਰ ਲਗਾਏ ਗਏ ਨੇ। ਤਰਨ ਤਾਰਨ ਸ਼ਹਿਰ ਦੇ ਸਵਰਨਕਾਰਾਂ ਨੇ ਜੇਟਲੀ ਦੀ ਅਗਵਾਈ 'ਤੇ ਗੁੱਸਾ ਕੱਢਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਵਿੱਤ ਮੰਤਰੀ ਜੇਟਲੀ ਕਿਸੇ ਕਾਬਲ ਨਹੀਂ, ਇਸੇ ਲਈ ਉਹਨਾਂ ਨੂੰ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਵਰਨਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਕਸਾਈਜ਼ ਡਿਊਟੀ ਦੇ ਵਿੱਚ ਕੀਤਾ ਵਾਧਾ ਵਾਪਸ ਨਹੀਂ ਲਿਆ ਜਾਂਦਾ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਵਿੱਤ ਮੰਤਰੀ ਦੇ ਕਿਸ ਕਾਬਲ ਹੀ ਨਹੀਂ ਹੈਗੇ ਜੀ, ਉਹਨਾਂ ਨੂੰ ਤਾਂ ਅੰਮ੍ਰਿਤਸਰ ਵਾਲੇ ਐਸੇ ਕਰਕੇ ਹਰਾ ਕੇ ਭੇਜਿਆ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਸੋਨੇ ਦੀ ਵਪਾਰ ਦੀ ਅੰਮ੍ਰਿਤਸਰ, ਜਿਸ ਕਰਕੇ ਉਹਨਾਂ ਨੇ ਅੰਮ੍ਰਿਤਸਰ ਇਹਨਾਂ ਦਾ ਵਿਰੋਧ ਕੀਤਾ ਕਿ ਇਹ ਗਲਤ ਕੰਮ ਕਰਦੇ ਆ ਅਤੇ ਇਹਨਾਂ ਨੂੰ ਹਰਾ ਕੇ ਭੇਜਿਆ। ਅਤੇ ਮੋਦੀ ਸਾਹਿਬ ਨੇ ਇਹਨਾਂ ਨੂੰ ਫਾਈਨਾਂਸ ਮਿਨਿਸਟਰ ਲਾ ਕੇ ਲੋਕਾਂ ਦਾ ਬੇੜਾ ਗਰਕ ਕਰਤਾ ਜੀ। ਇੱਕ ਮੁੰਦਰੀ ਬਣਾਉਣਾ ਅਤੇ 7 ਕਾਰੀਗਰਾਂ ਨੂੰ ਲੋੜ ਪੈਂਦੀ ਹੈ, 7-7 ਭੁੱਖੇ ਮਰਨ ਡਏ ਆ। ਇਹ ਕਹਿੰਦੇ ਲਗਜ਼ਰੀ ਆਈਟਮ ਹੈ, ਲਗਜ਼ਰੀ ਆਈਟਮ ਕਾਹਦੀ ਹੈ ਜੀ? ਇਹ ਤਾਂ ਲੋਕਾਂ ਦਾ ਰੁਜ਼ਗਾਰ, ਲੋਕਾਂ ਦਾ ਵੇਲੇ ਚਲੇ ਕੰਮ ਸਰਦਾ, ਲੋਕ ਗਹਿਣੇ ਰੱਖ ਕੇ ਚੀਜ਼ ਆਪਣਾ ਗੁਜ਼ਾਰਾ ਕਰ ਲੈਂਦੇ ਆ, ਲੋੜ ਵੇਲੇ ਕਰ ਲੈਂਦੇ ਆ, ਕੋਈ ਵੇਲਾ ਸਾਰ ਲੈਂਦੇ ਆ, ਅਤੇ ਇਹਨਾਂ ਲੋਕਾਂ ਦਾ ਬੇੜਾ ਗਰਕ ਕਰਨ ਡਏ ਜੀ। ਮੈਂ ਬਿਲਕੁਲ ਬੀਜੇਪੀ ਦੇ ਬਿਲਕੁਲ ਅਗੇਂਸਟ ਹੈ ਜੀ ਇਸ ਗੱਲ ਤੋਂ, ਕਿਉਂ ਅਸੀਂ ਡਟ ਕੇ ਵਿਰੋਧ ਕਰਾਂਗੇ, ਆਲ ਇੰਡੀਆ ਲੈਵਲ 'ਤੇ ਵਿਰੋਧ ਕਰਾਂਗੇ। ਸਾਡੀ ਆਲ ਇੰਡੀਆ ਐਸੋਸੀਏਸ਼ਨ ਜਿਹੜੀ, ਉਹਨਾਂ ਨੇ ਸਾਨੂੰ ਕਿਹਾ ਜੀ ਜਿਹੜਾ ਬੀਜੇਪੀ ਦੇ ਨਾਲ ਤੁਰੇਗਾ ਅਸੀਂ ਸੋਹਾਂ ਪਾ ਕੇ ਤੁਰਾਂਗੇ, ਕਿਉਂਕਿ ਸਾਡਾ ਇਹਨਾਂ ਰੋਟੀ ਰੋਜੀ ਕੋਈ ਹੈ, ਇਸ ਕਰਕੇ ਇਹਨਾਂ ਨਾਲ ਨਹੀਂ ਤੁਰਾਂਗੇ, ਬਿਲਕੁਲ ਬੀਜੇਪੀ ਦਾ ਬਾਈਕਾਟ ਕਰਾਂਗੇ ਜੀ। ਸਾਡੇ 29 ਦਿਨ ਹੋ ਗਏ ਜੀ, ਅੱਜ ਦੁਕਾਨਾਂ ਨੂੰ ਬੰਦ ਹੋਈ ਨੂੰ ਮਹੀਨਾ ਹੋ ਗਿਆ, ਜੇ ਗੱਡੀਆਂ ਰੋਕਣ ਦਾ ਆਇਆ ਤਾਂ ਗੱਡੀਆਂ ਵੀ ਰੋਕਾਂਗੇ, ਜੇ ਹੋਰ ਐਜੀਟੇਸ਼ਨ ਇਹਦੀ ਜ਼ਿਆਦਾ ਸੰਘਣੀ ਕਰਨੀ ਪਈ ਤਾਂ ਉਹ ਵੀ ਅਸੀਂ ਕਰਾਂਗੇ। ਅਸੀਂ ਇਹ ਆਹਨੇ ਵੀ ਹਰਿਆ ਹੋਇਆ ਆਦਮੀ ਹੈ, ਨਲਾਇਕ ਆਦਮੀ ਆ, ਇਹਨੂੰ ਹਟਾ ਹੀ ਦੇਣਾ ਚਾਹੀਦਾ, ਇਹਨੂੰ ਗੱਡੀ ਤੋਂ ਲਾਉਣਾ ਚਾਹੀਦਾ, ਜਿਹੜੇ ਸਾਰੇ ਹਿੰਦੁਸਤਾਨ 'ਚ ਰੌਲਾ ਪਿਆ ਹੋਇਆ ਵਾ ਵੀ ਇਹਨੇ ਜਾਣ ਬੁੱਝ ਕੇ ਸਾਈਡ ਡਿਊਟੀ ਸੁਨਿਆਰਿਆਂ ਦੇ ਉੱਤੇ ਲਾ ਦਿੱਤੀ ਆ। ਜਿਹੜਾ ਜੱਦੀ ਪੁਸ਼ਤੀ ਸਾਡਾ ਕੰਮ ਆ, ਥੋੜ੍ਹੀ ਥੋੜ੍ਹੀ ਮਜ਼ਦੂਰੀ ਲੇਬਰ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਲੋਕ, ਔਰ ਸਾਰੀ ਦੁਨੀਆ ਇਹਦੇ ਨਾਲ ਜੁੜੀ ਹੈ, ਦੁੱਖ ਸੁੱਖ ਦੇ ਹਾਮੀ ਹੈ, ਸੋਨਾ ਜਿਹੜਾ ਅਗਲੇ ਦੇ ਕੰਮ ਆਉਂਦਾ ਵਾ ਦੁੱਖ ਵੇਲੇ ਵੀ ਅਤੇ ਸੁੱਖ ਵੇਲੇ ਵੀ, ਅਤੇ ਇਹਦੇ 'ਤੇ ਸਾਈਡ ਡਿਊਟੀ ਵਾਪਸ ਹੋਣੀ ਚਾਹੀਦੀ ਆ। ਜੇ ਤਿਲੀ ਨੂੰ ਜਿਹੜਾ ਵਾ ਇਹ ਲਾਉਣਾ ਚਾਹੀਦਾ ਗੱਡੀ 'ਤੇ।